ਹਮਾਰੀ ਨਾਮਾ ਨਿਗਾਰੋ ਕੋ ਬਿਆਨ ਦੇਤੇ ਹੋਏ ਫਰਮਾਇਆ ਕੱਲ ਜੋ 22 ਸਾਲ ਵਿੱਚ ਸਮੁੰਦਰ ਮੇ ਡੂਬ ਕਰ ਮਰ ਗਏ ਥੇ ਬਾਅਦ ਮੇ ਉਨਕੋ ਗੋਲੀ ਮਾਰ ਦੀ ਗਈ। ਮੈਂ ਸੂਈ ਥੋੜੀ ਹੋਰ ਅੱਗੇ ਕੀਤੀ ਕਈ ਦਫ਼ਾ ਤੁਸੀਂ ਦੇਖਿਆ ਹੋਣਾ ਸੂਈ ਇੱਕ ਸਟੇਸ਼ਨ ਦੇ ਹੁੰਦੀ ਹੈ ਨਾਲ ਦੂਸਰਾ ਵੀ ਬੋਲਣਾ ਸ਼ੁਰੂ ਕਰ ਦਿੰਦਾ। ਇੱਕ ਰੇਡੀਓ ਸਟੇਸ਼ਨ ਦੇ ਇੱਕ ਦਰਾਨੀਆਂ ਨੂੰ ਉਸਤਰਾ ਚਾਰ ਪੰਜ ਦਾ ਤਰੀਕਾ ਦੱਸ ਰਹੀ ਸੀ, ਦੂਸਰੇ ਰੇਡੀਓ ਸਟੇਸ਼ਨ ਦੇ ਇੱਕ ਆਦਮੀ ਪਹਿਲਵਾਨੀ ਵਰਜੀ ਦਾ ਤਰੀਕਾ ਦੱਸ ਰਿਹਾ ਸੀ ਜਿਸ ਤੱਕ ਉਹਨਾਂ ਥੋੜ੍ਹਾ ਜਿਹਾ ਆਵਾਜ਼ ਇਕੱਠੀ ਹੋ ਕੇ ਆ ਰਹੀ ਸੀ। ਮੈਨੂੰ ਸੁਣ ਕੇ ਬੜਾ ਮਜ਼ਾ ਆਇਆ, ਮੈਂ ਜਲਦੀ ਜਲਦੀ ਨੋਟ ਕਰ ਲਿਆ। ਧਿਆਨ ਕਰਦਾ ਸੋਈ ਕਿ ਜਿਹੜੇ ਹੈ ਇਹ ਬੋਲਦੇ ਡੋਰ ਨੇ ਇਹ ਆਕਾਸ਼ਵਾਣੀ ਪਾਕਿਸਤਾਨ ਹੈ। ਹੁਣ ਤੁਸੀਂ ਭੈਣ ਕੀ ਲੱਗਦਾ ਨੀ ਕਰੋ ਭਾਈ ਉਰਾ ਮਹਾਮਨ ਦਾ ਅਚਾਰ ਪਾਉਣ ਦਾ ਤਰੀਕਾ ਸੁਣ। ਦੋ ਫੇਰ ਕੱਚੇ ਅੰਬ ਲੈ ਕੇ ਢਿੱਡ ਦੇ ਪਾਰ ਲੇਟ ਜਾਓ, ਆਪਣੀਆਂ ਬਾਹਾਂ ਨੂੰ ਸਿੱਧਿਆ ਕਰਕੇ ਉਹਨਾਂ ਦੇ ਚਾਰ ਚਾਰ ਟੋਟੇ ਕਰ ਦਿਓ। ਫੇਰ ਤੁਸੀਂ ਆਪਣੀਆਂ ਲੱਤਾਂ ਨੂੰ ਕਿਸੇ ਕਿੰਨੇ ਭਾਂਡੇ ਚ ਪਾ ਕੇ ਦੌੜ ਦੌੜ ਦੀ ਹਿਲਾਓ ਤੇ ਫਿਰ ਤੁਸੀਂ ਆਪਣੀਆਂ ਅੱਖਾਂ ਨੂੰ ਖੋਲ ਕੇ ਚੌਂ ਪਾਸੇ ਚੰਗੀ ਤਰ੍ਹਾਂ ਘੁਮਾਓ, ਉੱਤੋਂ ਦੀ ਦੋ ਚਮਚਾ ਨਾਲ ਮਿਰਚਾਂ ਪਾ ਦਿਓ।
ਫਿਰ ਤੁਸੀਂ ਆਪਣੇ ਮੂੰਹ ਨੂੰ ਬੰਦ ਕਰ ਲਓ ਤੇ ਨੱਕ ਦੇ ਨਾਲ ਜ਼ੋਰ ਜ਼ੋਰ ਦੀ ਸਾਹ ਲਓ। ਉੱਤੋਂ ਦੀ ਪਾਈ ਹੱਥ ਰਿਹਾ ਵਾ ਤੇਲ ਪਾ ਲਿਓ, ਫਿਰ ਤੁਸੀਂ ਸਿਰ ਦੇ ਬਾਹਰ ਖੜੇ ਹੋ ਜਾਓ, ਸਿਰ ਥੱਲੇ ਤੇ ਲੱਤਾਂ ਉੱਤੇ ਸਮਝ ਲਓ ਆਜ਼ਾਦ ਤਿਆਰ ਹੋ ਗਏ। ਸਾਰੀ ਬਜਾ ਦਿਓ ਜ਼ੋਰ ਦੀ, ਗੁਰਬਾਣੇ ਤੁਹਾਡੀ ਸੇਵਾ ਦੀ ਪੇਸ਼ਕਾਰ ਦੀ ਵਾਪਰ ਜੀ ਤਾਂ ਕੀ ਜਸਵੰਤ ਕਰੀ ਲੈ। ਇਸ ਖੁਸ਼ੀ ਦੇ ਮੌਕੇ ਤੇ ਇਕੱਤਰ ਹੋਏ ਦੋਸਤੋ, ਵੀਰੋ, ਬਜ਼ੁਰਗੋ, ਦੇਸ਼ ਅਤੇ ਕੌਮ ਦੀ ਇਮਾਨ ਛੋਟੇ ਛੋਟੇ ਬੱਚਿਓ, ਤੁਹਾਡੀ ਸੇਵਾ 'ਚ ਅਸੀਂ ਆਪਣਾ ਪੰਜਾਬੀ ਪ੍ਰੋਗਰਾਮ ਸ਼ੁਰੂ ਕਰ ਲੱਗੇ ਹਾਂ। ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਵੀ ਅਵਤਾਰ ਭਾਜੀ ਹੋਣੀ ਗ੍ਰਿਸ਼ ਕੁਮਾਰ ਜੀ ਪ੍ਰਵੇਸ਼ ਕੀਤੇ ਨੇ। ਅਸੀਂ ਕਲਾਕਾਰਾਂ ਵਾਲਾ ਦੁਆ ਕਰਦੇ ਹਾਂ ਵੀ ਉਹਨਾਂ ਦੀ ਹਰ ਸ਼ਾਮ, ਹਰ ਦਿਨ, ਹਰ ਪਲ ਇਸ ਪਲ ਦੇ ਨਾਲ ਲੱਖ ਉਹਨਾਂ ਦੀ ਗੁਜ਼ਰੇ। ਸਾਡੀ ਸਾਰੇ ਦੁਆਵਾਂ ਨੇ, ਸਾਡੇ ਸਾਰੇ ਯਾਰ ਦੋਸਤਾਂ ਦੀਆਂ, ਸਾਰੇ ਕਲਾਕਾਰਾਂ ਦੀਆਂ। ਮੈਂ ਤਾਂ ਬੀਬਾ ਪਰਮਿੰਦਰ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਅਸੀਂ ਗੀਤਾਂ ਨਾਲ ਥੋੜ੍ਹਾ ਮਨੋਰੰਜਨ ਕਰਾਂਗੇ। ਮੈਂ ਗੱਲ ਕਰਦਾ ਉਹਨਾਂ ਕੋਲ ਪੰਜਾਬ ਦੀ ਕਹਾਵਤ ਆ, ਜੋੜੀਆਂ ਜੱਗ ਥੋੜ੍ਹੀਆਂ ਨਰਨ ਬਥੇਰੇ, ਕਿਉਂਕਿ ਮੇਰਾ ਤਰੰਗ ਦਾ ਇਹਨਾਂ ਥੋੜ੍ਹਾ ਫਰਕ ਆ। ਬਸ ਜਿਹਦੇ ਨਾ ਮੈਂ ਦੇਖਦਾ ਜੇ ਕਿਤੇ ਡੱਬ ਪਿਆ ਹੋਇਆ ਤੇ ਬੁਰਸ਼ ਫੇਰ ਗਿਆ। ਜਦੋਂ ਇਹਨਾਂ ਕੋਲ ਖੜ ਜਾਣਾ ਤੇ ਸਾਡੇ ਵੱਡੇ ਭਾਈ ਸਾਹਿਬ ਰਾਜ ਸਾਹਿਬ ਆ ਗਏ, ਜੋ ਤੱਕਦੇ ਨੇ ਛੁੱਟੀ ਲੈ ਕੇ ਆਇਆ। ਦੋਸਤੋ, ਗਾਣਾ ਗਾਣਾ ਇੱਕ ਰੂਹ ਦੀ ਖੁਰਾਕ ਆ। ਜਿਵੇਂ ਚੰਗੇ ਸਰੀਰ ਦੇ ਵਾਸਤੇ ਆਪਾਂ ਰੋਟੀ ਖਾਂਦੇ ਹਾਂ ਤੇ ਰੂਹ ਦੇ ਵਾਸਤੇ ਆਪਾਂ ਗਾਣਾ ਸੁਣਦੇ ਹਾਂ, ਤੇ ਜਦੋਂ ਮੈਂ ਬੀਬੇ ਜੀ ਨਾਲ ਗਾਉਣਾ ਤੇ ਮੇਰੇ ਕਾਲਜ ਨੂੰ ਠੰਡ ਪੈ ਜਾਂਦੀ ਆ ਤੇ ਮੈਨੂੰ ਲੱਗ ਆ ਕੇ ਜਾਂਦੀ ਹੈ। ਅੱਜ ਆ ਕੇ ਟੱਪੜ ਮਾਰਨਾ ਪਰ ਜਿਹੜਾ ਮਾਰੋ ਬਾਹਰ ਜਿਹੜਾ ਬੜਿਆ ਨਾ ਪਿਓ, ਮੈਂ ਜਿੱਥੇ ਤਾਜ਼ਾ ਤਾਜ਼ਾ ਉਹਦੇ ਚ ਪਾ ਕੇ ਤਾਂ ਜਾਂਗਾ। ਸਭ ਤੋਂ ਪਹਿਲਾਂ ਗੀਤ ਪੇਸ਼ ਕਰਨ ਲੱਗੇ ਸਾਡਾ ਹੁਣੇ ਕਹਿ ਪੀਰ ਕਾਰ ਰਿਲੀਜ਼ ਹੋਇਆ, ਉਹਦੇ 'ਚ ਗੀਤ ਹੈ ਗੀਤ ਕਾਲੇ ਗੋਰੇ ਰੰਗ ਦਾ ਮੁਕਾਬਲਾ। ਜਿਹੜਾ ਕਾਲਾ ਰੰਗ ਆ ਉਹ ਕਹਿੰਦਾ ਮੈਂ ਬਹੁਤ ਵਧੀਆ, ਕੋਈ ਰੰਗ ਖਰਾਬ ਨਹੀਂ ਹੁੰਦਾ, ਫੇਰ ਨਹੀਂ ਹੁੰਦਾ। ਜਿਹੜਾ ਗੋਰਾ ਰੰਗ ਆ ਉਹ ਕਹਿੰਦਾ ਮੈਂ ਬਹੁਤ ਵਧੀਆ, ਕੋਈ ਰੰਗ ਇਸ ਰੰਗ ਨੂੰ ਲੋਕ ਪਸੰਦ ਬਹੁਤ ਜ਼ਿਆਦਾ ਕਰਦੇ ਆ। ਪਰ ਫੈਸਲਾ ਤੁਸੀਂ ਕਰਨਾ ਵੀ ਕਾਲਾ ਚੰਗਾ ਕਿ ਗੋਰਾ ਚੰਗਾ ਹੈ, ਕਹਿੰਦੇ ਕਾਲਾ ਚੰਗਾ। ਇਹ ਘਰ ਵਾਲਿਆਂ ਜ਼ਰੂਰੀ ਬੇਨਤੀ ਆ ਵੀ ਕੋਈ ਨਗਰ ਵਾਲਾ ਦੋਸਤ ਬਰਾਤੀ ਸੱਜਣਾਂ ਦੇ ਕੋਲ ਨਾ ਆਵੇ, ਆਪਦਾ ਪਿੱਛੇ ਹੋ ਕੇ ਪਿਆਰ ਦੇ ਨਾਲ ਸੁਣੋ ਅੱਗੇ, ਕਿਉਂਕਿ ਆਪਣੇ ਮਹਿਮਾਨ ਨੇ, ਕਿਸੇ ਨੂੰ ਡਿਸਟਰਬ ਕਰਨਾ ਨਹੀਂ ਚਾਹੀਦਾ। ਆਪਣਾ ਮੌਲੀ ਡਿਊਟੀ ਬਣਦੀ ਫਰਜ਼ ਬਣਦਾ ਵੀ ਉਹਨਾਂ ਤੋਂ ਪਰੇ ਹੋ ਕੇ ਆਪਾਂ ਬੈਠੀਏ, ਉਹਨਾਂ ਨੂੰ ਪਿਆਰ ਦੇ ਨਾਲ ਬੈਠਣ ਦੇਈਏ। ਸਾਡੀ ਦੁਆਰਾ ਬੇਨਤੀ ਆ ਵੀ ਨਗਰ ਦੋਸਤੀ ਜੇ ਬਾਹਰੋਂ ਆ ਦੋਸਤ ਕੋਈ ਬਰਾਤ ਕੋਈ ਨੇੜੇ ਨਾ ਆਵੇ। ਆਹ ਪੇਸ਼ ਕਰ ਲੱਗੇ ਆ ਕਾਲੇ ਗੋਰੇ ਰੰਗ ਦਾ ਮੁਕਾਬਲਾ, ਸੁਣੇਗਾ ਆ
ਰੱਤੀਆਂ ਪੂਰੇ ਰੰਗ ਦੀ ਵਿਕੇ ਪਨਸੇਰੀ ਨਿਕਾਲਾ ਰੰਗ ਵਿਕੇ ਰੱਤੀਆਂ ਪੂਰੇ ਰੰਗ ਦੀ ਵਿਕੇ ਪਨਸੇਰੀ ਨਿਕਾਲਾ ਰੰਗ ਵਿਕੇ ਰੱਤੀਆਂ ਪੂਰੇ ਰੰਗ ਦੀ ਵਿਕੇ ਪਨਸੇਰੀ ਕਾਲਾ ਰੰਗ ਵਿਕੇ ਰੱਤੀਆਂ ਪੂਰੇ ਰੰਗ ਦੀ ਵਿਕੇ ਪਨਸੇਰੀ ਕਾਲਾ ਰੰਗ ਵਿਕੇ ਰੱਤੀਆਂ ਪੂਰੇ ਰੰਗ ਦੀ ਵਿਕੇ ਪਨਸੇਰੀ
ਮੈਂ ਵੀ ਗੱਭਰੂ ਬਹੁਤ ਸ਼ਰਾਬ ਪੀਂਦਾ, ਉਹਦੇ ਘਰ ਦੇ ਕਹਿੰਦੇ ਜ਼ਮਾਨਾ ਠੀਕ ਨਹੀਂ ਕਰ, ਜਾਂ ਤੂੰ ਘੱਟ ਪੀ ਲਿਆ ਕਰ ਅਤੇ ਜਾਂ ਟਾਈਮ ਨਾ ਆ ਜਾ ਕਰ। ਉਹ ਕਹਿੰਦੇ ਦੋਵੇਂ ਕੰਮ ਨਹੀਂ ਹੋ ਸਕਦੇ। ਕਹਿੰਦੇ ਫਿਰ ਐਂ ਕਰਿਆ ਕਰ, ਜੇ ਬਹੁਤ ਹੀ ਪੀਣਾ ਟੈਕਸੀ ਕਰਕੇ ਆ ਜਾਇਆ ਕਰ, ਇਹ ਕੰਮ ਠੀਕ ਹੈ। ਉਹ ਕਹਿੰਦੇ ਇਹ ਕੰਮ ਠੀਕ ਹੈ, ਇੱਦਾਂ ਕਰਦੇ ਹਾਂ। ਇੱਦਾਂ ਪੂਰਾ ਸ਼ਰਾਬੀ ਹੋਇਆ, ਟੈਟ ਹੋਇਆ, ਟੈਕਸੀ ਕਰਕੇ ਘਰ ਆ ਗਿਆ। ਘਰ ਦੇ ਕਹਿੰਦੇ ਉੱਤਰਿਆ, ਉਹ ਸਾਰੇ ਟੱਬਰ ਉਂਗਲਾਂ ਮਾਰਦਾ, ਕਹਿੰਦਾ ਇੱਧਰ ਆ ਜਾਓ। ਕਹਿੰਦੇ ਕੀ ਗੱਲ, ਕਹਿੰਦਾ ਮੈਨੂੰ ਫੜ ਕੇ ਲਾਓ। ਹੁਣ ਸਾਰੇ ਟੱਬਰ ਜਿਹੜਾ ਨਵੀਂ ਬਹੂ ਮਕਲਾਵੇ ਲਾਈ ਦਿਆ, ਉਹ ਫੜ ਕੇ ਅੰਦਰ ਨੂੰ ਲਈ ਜਾਂਦੇ ਆ। ਜੋ ਸਿਰ ਉੱਠਿਆ ਉਹਦੇ ਘਰ ਕਹਿੰਦੀ ਪਤੰਦਰ ਇੰਨੀ ਸ਼ਰਾਬ ਨਾ ਪੀਆ ਕਰ, ਚੰਗੀ ਗੱਲ ਨਹੀਂ। ਉਹ ਕਹਿੰਦਾ ਇਹ ਤਾਂ ਗੱਲ ਦਾ ਮੈਨੂੰ ਪਤਾ, ਪਰ ਜਿਹਦੀ ਸੋਹਣੀ ਜਨਾਈ ਹੁੰਦੀ ਸ਼ਾਮ ਨੂੰ ਆਪੇ ਸ਼ਰਾਬ ਪੀਣ ਨੂੰ ਜੀ ਕਰਾਉਂਦਾ, ਇਸ ਕਰਕੇ ਮੈਂ ਸ਼ਰਾਬੀ ਹੋ ਜਾਣਾ। ਹੁਣ ਉਹ ਕੀ ਕਹਿੰਦੀ ਆ, ਤੇ ਉਹ ਕੀ ਜਵਾਬ ਦਾ ਸੁਣੇ ਤੈਨੂੰ? ਹਾਂ
ਜਿਹੜਾ ਹੁਣ ਗੀਤ ਪੇਸ਼ ਕਰਨ ਲੱਗੇ ਹਾਂ, ਇਹ ਸਾਡਾ ਹੁਣ ਐਲਪੀ ਰਿਕਾਰਡ ਹੈ, ਟਾਈਟਲ ਸੌਂਗ ਆ। ਗੀਤ ਇੱਦਾਂ ਵਾ ਵੀ ਆਮ ਘਰਾਂ 'ਚ ਕਈ ਵਾਰੀ ਛੋਟੇ ਵੀਰ ਦਾ ਹੋ ਜਾਂਦਾ, ਵੱਡਾ ਵੀਰ ਉਵੇਂ ਰਹਿ ਜਾਂਦਾ, ਜਾਂ ਪੜ੍ਹਿਆ ਲਿਖਿਆ ਘੱਟ ਹੁੰਦਾ, ਜਾਂ ਮੇਰਾ ਰੰਗ ਕਾਲਾ ਲੱਗ ਵਜਾ ਜ਼ਰੂਰ ਹੁੰਦੀ ਹੈ। ਇੱਦਾਂ ਹੀ ਘਰ ਵਿੱਚ ਛੋਟਾ ਵੀਰ ਰਹਿ ਗਿਆ ਅਤੇ ਵੱਡਾ ਵੀਰ ਉਵੇਂ ਰਹਿ ਗਿਆ। ਛੋਟੇ ਵੀਰ ਦੀ ਘਰ ਵਾਲੀ ਬਹੁਤ ਚੰਗੀ, ਆਪਣੇ ਜੇਠ ਦੀ ਬਹੁਤ ਸੇਵਾ ਕਰਦੀ, ਸੋਚਦੀ ਸਿਆਣਾ ਬੰਦਾ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਜਦੋਂ ਛੋਟੀ ਭਰਜਾਈ ਜੇਠ ਦੀ ਬਹੁਤ ਸੇਵਾ ਕਰਦੀ, ਜੇਠ ਦਾ ਦਿਮਾਗ ਖੁੱਲ੍ਹ ਜਾਂਦਾ, ਉਹ ਮੇਰਾ ਕੋਲ ਦੇਖ ਕੇ ਛੇੜ ਛਾੜਾ ਕਰ ਪੈਂਦਾ, ਭਰਜਾਈ ਟੁੱਟ ਕੇ ਗੱਲ ਪੈਂਦੀ ਕਿ ਜੇਠਾ ਤੇਰਾ ਲੜਨਾ ਅਤੇ ਲੜਨਾ ਵੀ ਘੁੰਡੇ ਚੱਕ ਗਿਆ। ਉਹ ਕਹਿੰਦਾ ਭਰੀਏ ਮਾਨ ਸਿੰਘ ਤਾਂ ਘੁੰਡੇ ਚੱਕਦਾ, ਫਿਰ ਤੇਰੀ ਮੇਰੀ ਲੜਾਈ ਕਰੀ, ਆਪਣਾ ਦਾ ਸਾਮ ਸਮਝੌਤਾ ਗਿਆ, ਤੇਰਾ ਮੇਰੇ ਕੋਲ ਨਹੀਂ ਲੜਨਾ। ਉਹ ਕਹਿੰਦੇ ਲੜਨਾ ਘੁੰਡ ਚੱਕ ਗਿਆ, ਜੇਠ ਕਹਿੰਦਾ ਜੇ ਤੂੰ ਘੁੰਡ ਚੱਕਦਾ ਤੇਰਾ ਮੈਂ ਲੜਨਾ ਨਹੀਂ ਗਾ, ਹੁਣ ਭਰਜਾਈ ਕੀ ਕਹਿੰਦੀ ਆ, ਤੇ ਚਲਾ ਜੇਠ ਕੀ ਕਹਿੰਦਾ ਸੋਹਣਾ ਜਗਾ। ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਤਲਗੀ ਲੈਂਦੀ, ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਤਲਗੀ ਲੈਂਦੀ, ਹੋਰ ਕੁਝ ਕਰਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ, ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ, ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ। ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਤਲਗੀ ਲੈਂਦੀ, ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਤਲਗੀ ਲੈਂਦੀ, ਹੋਰ ਕੁਝ ਕਰਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ, ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ, ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ਕੁੰਡ ਚੱਕਦਾ। ਸਾਡੇ ਨਹੀਂ ਨੇੜੇ ਲੱਗੀ,
ਅੱਜ ਤਾਂ ਕੋਈ ਹੀ ਪਰ ਜਾਈ ਸਾਡੇ ਨਹੀਂ ਨੇੜੇ ਲੱਗੀ ਅਸਾ ਤੇ ਪਤਾ ਨਹੀਂ ਕੀਆ ਅਸਾ ਤੇ ਪਤਾ ਨਹੀਂ ਕੀਆ ਰੱਬ ਦੇ ਕਿਤੇ ਢੂੰਡੀ ਵੱਡੀ ਅਸਾ ਤੇ ਪਤਾ ਨਹੀਂ ਕੀਆ ਰੱਬ ਦੇ ਕਿਤੇ ਢੂੰਡੀ ਵੱਡੀ ਬੱਚ ਜੋ ਹਰ ਕੋਈ ਆਖੂ ਜਿਵੇਂ ਚੰਬਲ ਦਾ ਡਾਕੂ ਬੱਚ ਜੋ ਹਰ ਕੋਈ ਆਖੂ ਜਿਵੇਂ ਚੰਬਲ ਦਾ ਡਾਕੂ ਸਾਡਾ ਕਿਉਂ ਸਰਨਾ ਹੀ ਨਹੀਂ ਜੇ ਤੂੰ ਮੈਨੂੰ ਢੁੰਡ ਚੱਕਦਾ ਫੇਰ ਮੈਂ ਲੈਣਾ ਨਹੀਂ ਜੇ ਤੂੰ ਮੈਨੂੰ ਢੁੰਡ ਚੱਕਦਾ ਫੇਰ ਮੈਂ ਲੈਣਾ ਨਹੀਂ ਜੇ ਤੂੰ ਮੇਰੇ ਪੁੰਡ ਚੱਕਦਾ ਹੱਥ ਜੇ ਕਿਤ ਅਰਦਾ ਹੁੰਦਾ ਇੱਥੋਂ ਨਾ ਇੱਕ ਅਖਵਾਉਂਦਾ ਹੱਥ ਜੇ ਕਿਤ ਅਰਦਾ ਹੁੰਦਾ ਇੱਥੋਂ ਨਾ ਇੱਕ ਅਖਵਾਉਂਦਾ ਮੁੱਲ ਦੀ ਕਤ ਮਿਲਦੀ ਹੁੰਦੀ ਮੁੱਲ ਦੀ ਕਤ ਮਿਲਦੀ ਹੁੰਦੀ ਤਾਂ ਮੈਂ ਸਾਂਝੀ ਲੈ ਆਉਂਦਾ ਲੜੂਗੀ ਨਾ ਮਿਲੀ ਨਾ ਮਿਲੀ ਤੇ ਫੇਰ ਸਹਾਰਨਪੁਰ ਆਉਂਦਾ ਆ 50 ਰੁਪਏ ਦਾ ਖੁਸਰਾ ਰਿਹਾ ਜੇ ਅਰਦਾ ਹੁੰਦਾ ਇੱਥੋਂ ਨਾ ਇੱਕ ਅਖਵਾਉਂਦਾ ਹੱਥ ਜੇ ਕਿਤ ਅਰਦਾ ਹੁੰਦਾ ਇੱਥੋਂ ਨਾ ਇੱਕ ਅਖਵਾਉਂਦਾ ਮੁੱਲ ਦੀ ਕਤ ਮਿਲਦੀ ਹੁੰਦੀ ਤਾਂ ਮੈਂ ਸਾਂਝੀ ਲੈ ਆਉਂਦਾ ਮੁੱਲ ਦੀ ਕਤ ਮਿਲਦੀ ਹੁੰਦੀ ਤਾਂ ਮੈਂ ਸਾਂਝੀ ਲੈ ਛੜਿਆਂ ਦਾ ਉਲਟ ਕਬੀਲਾ ਸਾਡੇ ਚੋਂ ਗਿਆ ਸੰਦੀਲਾ ਛੜਿਆਂ ਦਾ ਉਲਟ ਕਬੀਲਾ ਸਾਡੇ ਚੋਂ ਗਿਆ ਸੰਦੀਲਾ ਵਾਪਸ ਉਹਨੇ ਵੜਨਾ ਹੀ ਨਹੀਂ ਜੇ ਤੂੰ ਮੈਨੂੰ ਪੁੰਡ ਚੱਕਦਾ ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੇਰੇ ਪੁੰਡ ਚੱਕਦਾ ਫੇਰ ਮੈਂ ਲੜਨਾ ਹੀ ਨਹੀਂ ਫੇਰ ਮੈਂ ਲੜਨਾ ਹੀ ਨਹੀਂ ਕੀ ਗੱਲ ਹੋਇਆ ਨਾ ਪੁੱਤਰ ਕੀ ਗੱਲ ਕੀ ਹੋਈ ਹਿੰਮਤ ਰੱਖੀ ਦੀ ਆਉਂਦੀ ਹੈ ਹੌਸਲਾ ਕਰੀਦਾ ਜੇ ਉਹਨੇ ਤੁਹਾਡੀ ਬਾਹ ਫੜੀ ਤੁਸੀਂ ਮੇਰੀ ਫੜ ਲਓ ਮੇਰੀ ਬਾਹ ਛੱਡ ਦੇ ਮੇਰੀ ਬਾਹ ਛੱਡ ਦੇ ਕੀ
ਛੱਡਣੀ ਵੀ ਮੈਂ ਨਹੀਂ ਛੱਡਣੀ, ਮੈਨੂੰ ਲੱਗਦੀ ਜਾਣ ਤੋਂ ਪਿਆਰੀ ਮੈਂ ਨਹੀਂ ਛੱਡਣੀ ਤੇਰੇ ਮੁੱਖ ਤੇ ਨਹਾਰ, ਤੇਰੇ ਮੁੱਖ ਤੇ ਨਹਾਰ ਜਿਵੇਂ ਫੁੱਲ ਕਚਨਾਰ, ਜਿਵੇਂ ਫੁੱਲ ਕਚਨਾਰ ਤੂੰ ਬਸੰਤ ਬਹਾਰ, ਤੇਰੇ ਮੁੱਖ ਤੇ ਨਖਾਰ ਜਿਵੇਂ ਫੁੱਲ ਕਚਨਾਰ, ਆਵੇ ਕਿਉਂ ਨਾ ਨਿਕਾਰ ਤੂੰ ਬਸੰਤ ਬਹਾਰ, ਸਿਰਕਾਰ ਹੋਏ ਖੱਜਲ ਗਵਾ, ਸਿਰਕਾਰ ਹੋਏ ਖੱਜਲ ਗਵਾ, ਛੱਡ ਫਿਰਦੇ ਅਸੀਂ ਸਰਦਾਰੀ ਛੱਡਣੀ ਨੀ ਮੈਂ ਨਹੀਂ ਛੱਡਣੀ, ਮੈਨੂੰ ਲੱਗਦੀ ਜਾਨ ਤੋਂ ਪਿਆਰੀ ਮੈਂ ਨਹੀਂ ਛੱਡਣੀ, ਮੈਂ ਨਹੀਂ ਛੱਡਣੀ ਇਸ਼ਨਾਨ ਕਰਕੇ ਹੋ ਸਕਦਾ ਬਾਅਦ ਵੀ ਟਾਈਮ ਨਾ ਮਿਲੇ, ਮੈਂ ਸਾਬਣ ਤੇਲ ਤੌਲੀਆ ਲੈ ਕੇ ਗੁਸਲਖਾਨੇ 'ਚ ਗਿਆ ਤੇ ਜੂ ਮੇਰਾ ਤਿਲਕਿਆ ਪੈਰ, ਮੈਂ ਗੜਾਈ ਕਰਕੇ ਡਿੱਗਾ, ਬੜੀ ਜ਼ੋਰ ਦੀ ਆਵਾਜ਼ ਆਈ ਮੇਰੇ ਘਰ ਵਾਲੀ ਦੌੜੀ ਦੌੜੀ ਆਈ, ਕਹਿੰਦੀ ਜੀ ਆਵਾਜ਼ ਕਾਹਦੀ ਆਈ ਹੈ, ਮੈਂ ਕਿਹਾ ਕੁਝ ਨਹੀਂ ਪਜਾਮਾ ਡਿਗਾ ਇਹ, ਮੈਨੂੰ ਕਹਿੰਦੀ ਹਾਇ ਨਾ ਬਣ ਜਾ ਪਜਾਮੇ ਦੀ ਖੇਤੀ ਆਵਾਜ਼ ਹੁੰਦੀ ਹੈ, ਮੈਂ ਕਹਿੰਦੀ ਭਾਗਾ ਨੇ ਪਜਾਮੇ ਦੇ ਵਿੱਚ ਮੈਂ ਨਹੀਂ ਸੀ ਦੌੜੀ, ਮੈਂ ਉਹਨੂੰ ਕਹੀ ਕਿ ਕੱਪੜੇ ਦਾ ਜੋੜਾ ਝੋਲੇ 'ਚ ਪਾ ਦੇ ਤੇ ਮੈਂ ਬਾਹਰ ਜਾਣਾ, ਹੋ ਸਕਦਾ ਮੈਨੂੰ ਇੱਕ ਦੋ ਦਿਨ ਲੱਗ ਜਾ, ਉਹਨੇ ਝੋਲਾ ਕੱਪੜੇ ਦਾ ਫੜਾ ਕੇ ਮੈਨੂੰ ਹੱਥ 'ਚ ਫੜਾਇਆ, ਮੇਰਾ ਇੱਕ ਪੈਰ ਕਰੋ ਬਾਹਰ ਤੇ ਇੱਕ ਅੰਦਰ, ਮੈਨੂੰ ਮੇਰੇ ਘਰ ਵਾਲੀ ਕਹਿਣਗੇ ਭਰਾ ਜੀ ਕਦੋਂ ਆਓਗੇ, ਮੈਨੂੰ ਬੜੀ ਸ਼ਰਮ ਆਈ, ਮੈਂ ਕਿਹਾ ਅਸੀਂ ਲੋਕਾਂ ਨੂੰ ਮਜ਼ਾਕ ਕਰਦੇ ਸਾਨੂੰ ਕਰੀਏ ਵੀ, ਮੈਂ ਕਿਹਾ ਇੱਥੇ ਜਵਾਬ ਦਿੱਤੇ ਬਗੈਰ ਤੇ ਮੈਂ ਵੀ ਕਦੇ ਜਾਣਾ, ਮੈਂ ਫਿਰ ਆਉਂਦੀ ਬਾਈ ਕਹਿ ਮਾਤਾ ਜੀ ਅਸੀਂ ਪਰਸੋਂ ਆਵਾਂਗੇ, ਨਾ ਆਏ ਨਾ ਆਏ ਤੇ ਨਾ ਹੀ ਆਏ ਆਏ, ਚਲੋ ਤੁਹਾਡੀ ਸੇਵਾ ਦੇ ਵਿੱਚ ਬੀਬਾ ਪਰਮਿੰਦਰ ਜੀ ਇੱਕ ਬਹੁਤ ਪਿਆਰਾ ਜਿਹਾ ਗੀਤ ਪੇਸ਼ ਕਰ ਰਹੇ ਨੇ, ਧਿਆਨ ਦੇ ਨਾਲ ਸੁਣਨਾ, ਪੰਜਾਬ ਦੀ ਕੋਲੋ ਗਾਥਾ ਜੋ ਕਿ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਬਜ਼ੁਰਗ ਤਕਰੀਬਨ ਸਭ ਨੂੰ ਯਾਦ ਹੈ। ਹੈਲੋ ਹੈਲੋ
ਹੈਲੋ ਲਾਈ ਫਿਰਦਾ ਮੈਂ ਵੀ ਰਾਂਝੇ ਵਾਂਗੂਨੀ ਮੈਂ ਵੀ ਰਾਂਝੇ ਵਾਂਗੂਨੀ ਨਿਕਲ ਪੜਵਾਈ ਫਿਰਦਾ ਮੁੰਦਰਾ ਪਾਈ ਫਿਰਦਾ ਕਹਿੰਦ ਜਾਣ ਆਪਣੀ ਮੈਂ ਦਾਤੇ ਲਾਈ ਫਿਰਦਾ ਨਾ ਸਕਦਾ ਸੀ ਹੁਣ ਕੰਮ ਵੀ ਖੇੜੇ ਲੱਗਦੇ ਨੇ ਚੰਨ ਤਾਰੇ ਨੇੜੇ ਲੱਗਦੇ ਨੇ ਹੁਣ ਕੰਮ ਵੀ ਖੇੜੇ ਲੱਗਦੇ ਨੇ ਚੰਨ ਤਾਰੇ ਨੇੜੇ ਲੱਗਦੇ ਨੇ ਮੈਂ ਜ਼ਿੰਦਗੀ ਦਾ ਔਖਾ ਨੀ ਸਫ਼ਰ ਮਖਾਈ ਫਿਰਦਾ ਨੀ ਸਫ਼ਰ ਮਖਾਈ ਫਿਰਦਾ ਨੀ ਮੈਂ ਰਾਂਝੇ ਵਾਂਗੂ ਨੀ ਤਨ ਪੜਵਾਈ ਫਿਰਦਾ
ਕਰਿਆ ਕਰੂ ਰੋਜ਼ ਪਰ ਦੱਖਣਾ ਮੈਂ, ਤੇਰੇ ਹੁਸਨ ਦੀ ਕਰਿਆ ਕਰੂ ਰੋਜ਼ ਪਰ ਦੱਖਣਾ ਮੈਂ, ਸੱਚਣੋ ਸ਼ਰਮਾਉਂਦਾ ਨੀ ਤੈਨੂੰ ਬਹੁਤ ਸੰਦੀਲਾ ਚਾਹੁੰਦਾ ਨੀ, ਸੱਚਣੋ ਸ਼ਰਮਾਉਂਦਾ ਨੀ ਤੈਨੂੰ ਬਹੁਤ ਸੰਦੀਲਾ ਚਾਹੁੰਦਾ ਨੀ, ਤੇ ਇਸ਼ਕ ਦੀ ਖਾਤਰ ਨੀ ਮੈਂ ਪੇਸ ਵਟਾਈ ਫਿਰਦਾ, ਨੀ ਪੇਸ ਵਟਾਈ ਫਿਰਦਾ, ਨੀ ਮੈਂ ਰਾਂਝੇ ਵਾਂਗੂ ਨੀ ਤੈਨੂੰ ਪੜਵਾਈ ਫਿਰਦਾ, ਮੈਂ ਵੀ ਰਾਂਝੇ ਵਾਂਗੂ ਨੀ ਤੈਨੂੰ ਪੜਵਾਈ ਫਿਰਦਾ, ਚਾਚੇ ਦੀ ਕੁੜੀ ਨਾਲ ਰਿਸ਼ਤਾ ਕਰਾਉਣ ਲੱਗੇ ਹੋ? ਕਰਾਉਣ ਤਾਂ ਲੱਗਿਆ ਪਰ ਮੰਨਦਾ ਹੀ ਨੀ। ਕਾਕਾ ਮੰਨ ਜਾ, ਨਹੀਂ ਮੰਨਦਾ ਉਹ, ਮੰਨ ਜਾ, ਮੰਨਦਾ ਨਹੀਂ ਮੰਨਦਾ ਤੇ ਇਹਨੂੰ ਸੁੱਟੋ ਖੂਹ ਵਿੱਚ, ਚਾਚੇ ਦੀ ਕੁੜੀ ਦਾ ਰਿਸ਼ਤਾ ਮੈਨੂੰ ਕਰਾ ਦਿਓ। ਮੇਰੇ ਚਾਚੇ ਦੀ ਕੁੜੀ ਨੇ ਮੇਰੇ ਪੇਕਿਆਂ ਦੇ ਪਿੰਡੇ ਦਿਉਰਾ ਦਿਉਰਾ ਦਿਉਰਾ। ਗੱਲ ਸੁਣੋ, ਜੇ ਤੇ ਇਹ ਮੰਨ ਗਏ ਇਹਦਾ ਚਾਚੇ ਦੀ ਕੁੜੀ ਨਾਲ ਰਿਸ਼ਤਾ ਕਰਾ ਦਿਓ, ਤੇ ਮੇਰਾ ਚਾਚੇ ਦੀ ਬੁੜੀ ਨਾਲ ਕਰਾ ਦਿਓ। ਮੇਰੇ ਚਾਚੇ ਦੀ ਕੁੜੀ ਨਹੀਂ ਮੇਰੇ ਪਿੱਕਿਆਂ ਦੇ ਪਿੰਡੇ, ਮੇਰੇ ਚਾਚੇ ਦੀ ਕੁੜੀ ਨਹੀਂ ਮੇਰੇ ਪਿੱਕਿਆਂ ਦੇ ਪਿੰਡੇ, ਜੋਰਾ ਕਰਦੀ ਤੂੰ ਜੋਰਾ ਕਰਦੀ ਤੂੰ ਹੁਣੇ ਲਾਈ ਨਾ ਚੁੰਦੇ, ਜਦੋਂ ਗੱਲ ਕਰੀ ਜਦੋਂ ਗੱਲ ਕਰੀ ਮੁੰਡੇ ਵਿੱਚੋਂ ਫੁੱਲ ਗਿਰਦੇ, ਗੱਲ ਕਰੀ ਮੁੰਡੇ ਵਿੱਚੋਂ ਫੁੱਲ ਗਿਰਦੇ, ਕਈ ਪਿੰਡਾਂ ਦੇ ਮੁੰਡੇ ਨੇ ਉਹਦੇ ਪਿੱਛੇ ਫਿਰਦੇ, ਕਈ ਪਿੰਡਾਂ ਦੇ ਮੁੰਡੇ ਨੇ ਉਹਦੇ ਪਿੱਛੇ ਫਿਰਦੇ। ਨਾ ਭਾਬੀ, ਉਹਦੇ ਪਿੱਛੇ ਕਈ ਪਿੰਡਾਂ ਦੇ ਮੁੰਡੇ ਫਿਰਦੇ ਆ, ਬਹੁਤ ਪਿੰਡਾਂ ਦੇ ਮੁੰਡੇ ਫਿਰਦੇ, ਫੇਰ ਨਹੀਂ ਮੈਂ ਸਾਖ ਲੈਣਾ। ਕਿਉਂ? ਉਹਦੇ ਪਿੱਛੇ ਟਕਾ ਲਈ ਸਾਰੇ। ਚਲੋ ਫਿਰ ਛੋਟੇ ਬੋਰੀ ਭਰ ਕੇ ਲਿਆਉਣਾ ਚਾਹੀਦਾ।
ਵੱਧ ਪਾਏ ਲੋਕਾਂ ਤੁਹਾਡੇ ਨੀ ਦਿਮਾਗ ਵਿੱਚ ਵਹਿਮ ਵੱਧ ਪਾਏ ਜਿਵੇਂ ਪਾਪੀਆਂ ਦੇ ਬਿਨਾਂ ਦਿਓਰ ਜਾਣ ਨੀ ਵਿਆਏ ਜਿਵੇਂ ਪਾਪੀਆਂ ਦੇ ਬਿਨਾਂ ਦਿਓਰ ਜਾਣ ਨੀ ਵਿਆਏ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਕਿੰਨੇ ਅਸੀਂ ਪੁਰਜੇ ਟਕਾਏ ਤੈਨੂੰ ਕੀ ਪਤਾ ਕਿੰਨੇ ਅਸੀਂ ਪੁਰਜੇ ਟਕਾਏ ਕੱਲਾ ਪਿੰਡ ਨਹੀਂ ਹੁਣ ਜਾਣਦਾ ਭਲਾਕ ਭਾਬੀਏ ਪਿੰਡ ਨਹੀਂ ਹੁਣ ਜਾਣਦਾ ਭਲਾਕ ਭਾਬੀਏ ਪਰ ਤੇਰੇ ਹੱਥੋਂ ਲੈਣਾ ਨਹੀਂ ਮੈਂ ਸਾਗ ਭਾਬੀਏ ਪਰ ਤੇਰੇ ਹੱਥੋਂ ਲੈਣਾ ਨਹੀਂ ਮੈਂ ਸਾਗ ਭਾਬੀਏ ਹੁਣ ਤੂੰ ਸੜੀ ਜਾ ਵੇਖ ਵੇਖ ਕੇ ਲੋਕੋ ਜਿਸ ਵੇਲੇ ਮੇਰਾ ਹੋ ਗਿਆ ਨਾ ਵਿਆਹ ਤੇ ਮੇਰੀ ਆ ਗਈ ਨਾ ਜਨਾਨੀ ਮੈਂ ਤੇ ਨਿੱਟ ਖਸਰਾ ਫੇਰਿਆ ਕਰਨਾ ਹਾਰੇ ਕੱਢ ਦਾਦੇ ਹੋਰ ਵੇਖੀ ਕਹਿਰੇ ਨਾ ਕਮਾ ਦੀ ਪਿਓ ਦਾਦਿਆਂ ਦੀ ਬਾਣੀ ਨਾ ਤੂੰ ਮਿੱਟੀ ਚੁਮਲਾ ਦੀ ਪਿਓ ਦਾਦਿਆਂ ਦੀ ਬਾਣੀ ਨਾ ਤੂੰ ਮਿੱਟੀ ਚੁਮਲਾ ਦੀ ਆਹ ਚੰਦਰੇ ਸਰੀਕ ਆਹ ਚੰਦਰੇ ਸਰੀਕ ਨਾ ਤੂੰ ਸਿਰ ਤੇ ਚੜਾ ਦੀ ਕਿਸੇ ਵੀਰ ਦਾ ਬਣਾ ਦੇ ਮੈਨੂੰ ਜਾਗ ਪਾਬੀਏ ਹੁਣ ਤੇਰੇ ਹੱਥੋਂ ਲੈਣਾ ਹੀ ਮੈਂ ਸਾਗ ਪਾਬੀਏ ਹੁਣ ਤੇਰੇ ਹੱਥੋਂ ਲੈਣਾ ਹੀ ਮੈਂ ਸਾਗ ਪਾਬੀਏ ਹੁਣ ਤੇਰੇ ਹੱਥੋਂ ਲੈਣਾ ਹੀ ਮੈਂ ਸਾਗ ਪਾਬੀਏ ਉਹਨੇ 6 ਮਹੀਨੇ ਟ੍ਰੇਨਿੰਗ ਲਈ ਜਲੰਧਰ ਛਾਉਣੀ ਉਹਨੂੰ ਅੰਮ੍ਰਿਤਸਰ ਬਾਰਡਰ ਤੇ ਪੈਂਦਾ ਰਾਤ ਨੂੰ ਪਹਿਰੇ ਦੇ ਡਿਊਟੀ ਲਗਾ ਕੇ ਹੱਥ ਵਿੱਚ ਬੰਦੂਕ ਦੇ ਕੇ ਉਹਨੇ ਬੰਦੂਕ ਦੀ ਲਾਰੀ ਕਰਦੇ ਫੱਟੇ ਵੱਟ ਕਰਦੇ ਉੱਪਰਲੇ ਪਾਸੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਪਹਿਰਾ ਦਿੰਦੇ ਦਿੰਦੇ ਯਾਦ ਆਇਆ ਅਸੀਂ ਪਿੱਛੇ ਪਿਆ ਸ਼ਾਇਦ ਵਧਾਈਆਂ ਮੰਗਦੇ ਵੀ ਅੱਜ ਕਿਤੇ ਫਸ ਗਏ ਹਾਂ ਕਹਿੰਦਾ ਕੋਈ ਗੱਲ ਨਹੀਂ ਦੇਸ਼ ਦੀ ਸੇਵਾ ਹੀ ਸਹੀ ਉਹ ਆਪਣੇ ਖੁਸਰਿਆਂ ਦੀ ਬੋਲੀ 'ਚ ਪਹਿਰਾ ਦਿੰਦੇ ਕੀ ਕਹਿੰਦਾ ਮੇਰੇ ਜਾਣ ਕੇ ਰਹੋ ਆਪਣੇ ਖੁਸਰਿਆਂ ਦੀ ਬੋਲੀ ਪਹਿਰਾ ਦੇ ਕੇ ਕਹਿੰਦਾ ਕਹਿੰਦਾ ਮੇਰੀ ਜਾਣ ਅਫਸਰ ਆ ਕੇ ਕਹਿੰਦਾ ਓਏ ਕੌਣ ਆ ਤੂੰ ਕਹਿੰਦਾ ਮੇਰੀ ਜਾਨ ਮੇਰੀ ਜਾਨ ਮੇਰੀ ਜਾਨ ਤੇਰਾ ਸਪਾਹੀ ਮੇਰੀ ਜਾਨ ਤੇਰਾ ਸਪਾਹੀ ਮੇਰੀ ਜਾਨ ਤੇਰਾ ਸਪਾਹੀ ਕਹਿੰਦਾ ਤੇਰਾ ਨਾਂ ਕੀ ਹੈ ਕਹਿੰਦਾ ਮੇਰੀ ਜਾਨ ਮੇਰੀ ਜਾਨ ਆਰਾਮ ਲਵਾਇਆ ਕਹਿੰਦਾ ਤੇਰਾ ਜ਼ਿਲ੍ਹਾ ਕਿਹੜਾ
ਮੈਂ ਮੇਰੀ ਗਿਆ ਮੇਰੀ ਜਾਨ ਮੇਰੀ ਜਾਨ ਲਾ ਜਲੰਧਰ ਹੈ ਮੇਰੀ ਜਾਨ ਲਾ ਜਲੰਧਰ ਹੈ ਮੇਰੀ ਜਾਨ ਲਾ ਜਲੰਧਰ ਹੈ ਉਹ ਕਹਿੰਦਾ ਤੂੰ ਕਿਤੇ ਖੁਦਰਾ ਤੇ ਨਹੀਂ ਕਹਿੰਦਾ ਭਾਈ ਨੇ ਭਾਈ ਨੇ ਭਾਈ ਬਚਾਤਾ ਭਾਈ ਨੇ ਭਾਈ ਬਚਾਤਾ ਭਾਈ ਨੇ ਭਾਈ ਬਚਾਤਾ ਕਹਿੰਦਾ ਜੀ ਬੁਆਰ ਕਹਿੰਦਾ ਮੇਰੀ ਗਿਆ ਮੇਰੀ ਜਾਨ ਜਾਂਦੇ ਪਾਇਆ ਕੀ ਪਤੀ ਤੈਨੂੰ ਕਹਿ ਰਹੀ
ਖਰਾ ਮਾਰਦੀ, ਮੁੰਡਿਆਂ ਨੂੰ ਸੰਗਤ ਖਰਾ ਮਾਰਦੀ, ਫੇਰ ਬਚ ਜਾਣ ਤੇ ਸ਼ਰਾਬ ਮਾਰਦੀ, ਫੇਰ ਬਚ ਜਾਣ ਤੇ ਸ਼ਰਾਬ ਮਾਰਦੀ, ਉੱਥ ਬਚ ਜਾਣ ਤੇ ਜਵਾਨੀ ਮਾਰਦੀ, ਉੱਥ ਬਚ ਜਾਣ ਤੇ ਜਵਾਨੀ ਮਾਰਦੀ, ਹਾਏ ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਹਾਏ ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਮੁੰਡਿਆਂ ਨੂੰ ਸੰਗਤ ਖਰਾ ਮਾਰਦੀ, ਫੇਰ ਬਚ ਜਾਣ ਤੇ ਸ਼ਰਾਬ ਮਾਰਦੀ, ਉੱਥ ਬਚ ਜਾਣ ਤੇ ਜਵਾਨੀ ਮਾਰਦੀ, ਉੱਥ ਬਚ ਜਾਣ ਤੇ ਜਵਾਨੀ ਮਾਰਦੀ, ਫੇਰਾ ਤੋੜ ਮਾਰਦਾ ਕਈਆਂ ਨੂੰ ਟਹਿਰਾ ਫੇਰਾ ਤੋੜ ਮਾਰਦਾ, ਕੋਈ ਰਹਿੰਦਾ ਹਰ ਵੇਲੇ ਮਾਲ ਤਾਰਦਾ, ਆਸ਼ਕਾਂ ਦੀਆਂ ਤਾਂ ਕਿਸਮਾਂ ਸੱਚ ਨੇ, ਆਸ਼ਕਾਂ ਦੀਆਂ ਤਾਂ ਕਿਸਮਾਂ ਸੱਚ ਨੇ, ਆਸ਼ਕ ਫਸੇ ਗਰਦ ਫਕਨੇ, ਆਸ਼ਕਾਂ ਦੀਆਂ ਤਾਂ ਕਿਸਮਾਂ ਸੱਚ ਨੇ, ਆਸ਼ਕ ਫਸੇ ਗਰਦ ਫਕਨੇ, ਮਾਰਦੀ ਬਸਤ ਕਰਾਏ ਜਿੱਥੇ ਨੀ ਮਾਰਦੀ, ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਹਏ ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਹਰੀ ਭਾ ਮੁੰਡਿਆਂ ਨੂੰ ਸੰਗਤ ਕਰਾ ਮਾਰਦੀ, ਆਸ਼ਕੀ ਦੇ ਕਈਆਂ ਨੇ ਰਿਕਾਰ ਤੋੜ ਤੇ, ਪੰਜ ਮਿੰਟ ਬਾਅਦ ਹੁੰਦਾ ਹਰ ਮੋੜ, ਮਸ਼ੂਕ ਦੀ ਚਕਾਨੀ ਮਾਰਦੀ, ਉਹਨਾਂ ਨੂੰ ਮਸ਼ੂਕ ਦੀ ਚਕਾਨੀ ਮਾਰਦੀ, ਹਏ ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਹਏ ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਮੁੰਡਿਆਂ ਨੂੰ ਸੰਗਤ ਖਰਾ ਮਾਰਦੀ, ਕਈਆਂ ਦਾ ਕੰਮ ਦਾ ਤੇ ਸਵੇਰ ਤੋਂ ਸ਼ਾਮ ਤੱਕ ਸ਼ਿਕਾਰ ਖੇਡੀ ਜਾਣਾ, ਜਿਹੜਾ ਸ਼ਿਕਾਰ ਮੈਂ ਜੋ ਮਾਰ ਕੇ ਖਾ ਜਾਂਦੇ ਆ, ਕੋਈ ਦੇ ਦੇ ਨੀ ਕਮਾੜਾ ਇੱਥੇ ਕਹਿ ਸੁਣ ਗਿਆ, ਕਿੱਥੇ ਮੈਂ ਕਹਿੰਦਾ ਨੀ ਰੱਖੇ ਜੀ ਕਰਦੇ, ਬਚ ਜਾਣ ਤੇ ਜਨਾਨੀ ਮਾਰਦੀ, ਫੇਰ ਬਚ ਜਾਣ ਤੇ ਜਨਾਨੀ ਮਾਰਦੀ, ਮੁੰਡਿਆਂ ਨੂੰ ਸੰਗਤ ਖੜਾ ਮਾਰਦੀ, ਬੁਢਾਪੇ ਤੱਕ ਉਹੀ ਆਦਤ ਜਾਂਦੀ ਹੈ, ਜਿਹੜੇ ਲੋਕੀ ਬਚਨ ਪੜ੍ਹਨ ਵਿੱਚ ਗਿੱਧੇ ਜਾਂਦੇ ਉਹ ਜਵਾਨੀ 'ਚ ਪੜ੍ਹਦੇ ਬੁੱਢੇ ਹੋ ਕੇ ਪੜ੍ਹਦੇ, ਜਿਹੜੇ ਬਚਪਨ ਖੇਤੀ ਕਰਦੇ ਆ ਉਹ ਜਵਾਨੀ ਵਿੱਚ ਖੇਤੀ ਕਰਦੇ ਬੁੱਢੇ ਹੋ ਕੇ ਖੇਤੀ ਕਰਦੇ ਆ, ਤੇ ਜਿਹੜੇ ਬਚਪਨ 'ਚ ਇਲਤਾਂ ਕਰਦੇ ਆ ਨਾ ਉਹ ਜਵਾਨੀ ਵਿੱਚ ਇਲਤਾਂ ਕਰਦੇ ਨੇ, ਬੁੱਢੇ ਹੋ ਕੇ ਵੀ ਇਲਤਾਂ ਕਰਦੇ ਆ, ਜਿਹੜੇ ਬੁੱਢੇ ਹੋ ਕੇ ਲੋਕ ਇਲਤਾਂ ਕਰਦੇ ਉਹਨਾਂ ਬਾਰੇ ਗੱਲ ਕਰ ਲੱਗਾ, ਕੱਚੇ ਬਜ਼ੁਰਗ ਨੇ ਗੁੱਸਾ ਨਹੀਂ ਕਰਨਾ, ਜਿਹੜਾ ਬਜ਼ੁਰਗ ਗੁੱਸਾ ਕਰੂੰਗਾ ਜਿਹੜਾ ਬਜ਼ੁਰਗ ਗੁੱਸਾ ਕਰੂ ਸਮਝੋ ਇਲਤਾਂ ਕਰਦਾ ਵਾ, ਅੱਜ ਇਹਨੇ ਬੋਲਤਰੀ ਕਿੱਧਰ ਸੁਣੀ ਜਾਓ, ਬੁੱਢਿਆਂ ਤੇ ਲੋਕ ਨਹੀਂ ਕਾ ਛੱਡ ਕਰਦੇ, ਬੁੱਢਿਆਂ ਤੇ ਲੋਕ ਨਹੀਂ ਕਾ ਛੱਡ ਕਰਦੇ, ਕਿਹੜਾ ਸਾਡੇ ਨਾਲ ਘੱਟ ਕਰਦੇ, ਬੁੱਢਿਆਂ ਤੇ ਲੋਕ ਨਹੀਂ ਕਾ ਸ਼ੱਕ ਕਰਦੇ, ਇਹ ਕਿਹੜਾ ਸਾਡੇ ਨਾਲ ਘੱਟ ਕਰਦੇ, ਮੁੰਡਿਆਂ ਤੇ ਲੋਕੀ ਇੱਥੇ ਹੋਰ ਕਰਦੇ, ਮੁੰਡਿਆਂ ਤੇ ਲੋਕੀ ਇੱਥੇ ਹੋਰ ਕਰਦੇ, ਮੁੰਡੇ ਬਦਨਾਮ ਨੇ ਸੰਦੀ ਵਰਗੇ, ਮੁੰਡਿਆਂ ਤੇ ਲੋਕੀ ਇੱਥੇ ਹੋਰ ਕਰਦੇ,
ਦੇ ਬਦਨਾਮ ਨੇ ਸੰਦੇਲ ਮਾਰ ਗਏ ਪੱਤਿਆਂ ਨੇ ਜੁੱਤੀ ਬਦਨਾਮੀ ਮਾਰਦੀ ਹਏ ਫਿਰ ਬਚ ਜਾ ਤੇ ਜਨਾਨੀ ਮਾਰਦੀ ਹਏ ਫਿਰ ਬਚ ਜਾ ਤੇ ਜਨਾਨੀ ਮਾਰ ਅਰਿਪਾ ਮੁੰਡਿਆਂ ਨੂੰ ਸੰਗਤ ਖਰਾ ਮਾਰਦੀ ਫਿਰ ਬਚ ਜਾ ਤੇ ਸ਼ਰਾਬ ਮਾਰਦੀ ਉੱਥ ਬਚ ਜਾ ਤੇ ਜਵਾਨੀ ਮਾਰਦੀ ਉੱਥ ਬਚ ਜਾ ਤੇ ਜਵਾਨੀ ਮਾਰਦੀ ਹਏ ਫਿਰ ਬਚ ਜਾ ਤੇ ਜਨਾਨੀ ਮਾਰਦੀ ਚੜਦੇ ਮੇਰੀ ਜੈਖਾਲ ਨੂੰ ਡੱਟ ਬੰਜਲ ਦਿੰਦਾ ਮਾਤ ਭਾਦੂਰ ਨਾਂ ਦੀ ਦੋਸਤੀ ਕਹਿੰਦੀ ਕੁੜੀ ਉਹ ਜਿਨ੍ਹਾਂ ਦੀ ਮਾਤ ਪਹਿਲਾਂ ਹਾਸਿਆ ਸਲਾਉਂਦੀਆਂ ਯਾਰੀਆਂ
ਤੁਕਾ